ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਵਰਨ ਬਰਨਾਲਾ ਅਤੇ ਇੱਕ ਵੀਡੀਓ ਸਲੀਨਾ ਸ਼ੈਲੀ ਦੀ ਵਾਇਰਲ ਹੋਈ ਹੋਈ ਆ, ਉਹਦੇ ਰਿਗਾਰਡਿੰਗ ਮੈਂ ਆਪਣਾ ਪੱਖ ਰੱਖਣਾ ਜ਼ਰੂਰੀ ਸਮਝਿਆ, ਕਿਉਂਕਿ ਕਈ ਮਿੱਤਰ ਬੇਲੀ ਸਾਨੂੰ ਵੀ ਫੋਨ ਕਰਕੇ ਪੁੱਛ ਰਹੇ ਨੇ, ਹੈ ਨਾ, ਅਤੇ ਇਕੱਲੇ ਇਕੱਲੇ ਬੰਦੇ ਨੂੰ ਸਮਝਾਉਣਾ ਥੋੜ੍ਹਾ ਹਾਰਡ ਆ, ਅਤੇ ਉਸ ਕਰਕੇ ਅਸੀਂ ਆਪਣਾ ਇੱਕ ਵੀਡੀਓ ਆਪਣੇ ਕੋਲ ਅਪਲੋਡ ਕਰ ਰਹੇ ਹਾਂ, ਅਤੇ ਜੋ ਕਿ ਉਹਨੇ ਐਲੀਗੇਸ਼ਨ ਲਾਏ ਨੇ, ਜੋ ਵੀ ਆਪਣੇ ਵੱਲੋਂ ਉਹਨੇ ਇੱਕ ਮਨਘੜਤ ਸਟੋਰੀ ਬਣਾ ਕੇ ਸਕ੍ਰਿਪਟ ਬਣਾ ਕੇ ਭੇਜਿਆ, ਅਤੇ ਉਹ ਬਿਲਕੁਲ ਬੇਬੁਨਿਆਦ ਆ, ਝੂਠੀ ਆ, ਉਹਦੇ 'ਚ ਕੋਈ ਵੀ ਸੱਚਾਈ ਵਾਲੀ ਗੱਲ ਹੈ ਨਹੀਂ, ਅਤੇ ਨੋ ਡਾਊਟ ਉਹ ਸਾਡੀ ਇੱਥੇ ਬੱਚੀ ਬਣ ਕੇ ਰਹੀ ਆ, ਅਸੀਂ ਵੀ ਉਹਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ, ਉਹ ਇੱਥੇ ਦਾ ਆਂਢ ਗੁਆਂਢ ਸਾਰਾ ਸੁਸਾਇਟੀ ਸਾਡੀ ਗਵਾਹ ਗਈ ਇਸ ਚੀਜ਼ ਦੀ, ਸਿਡਨੀ ਦੀ, ਅਤੇ ਉਹਨੇ ਇਹ ਵੀ ਕਿਹਾ ਵੀ ਮੈਨੂੰ ਕੁੱਟਿਆ ਮਾਰਿਆ ਜਾਂਦਾ ਰਿਹਾ, ਅਤੇ ਕੁੱਟਿਆ ਮਾਰਿਆ ਜਾਂਦਾ ਰਿਹਾ ਤਾਂ ਇੱਥੇ ਕੌਣ ਕਿਸੇ ਨੂੰ ਹੱਥ ਲਾ ਸਕਦਾ, ਸਾਡੇ ਬੱਚੇ ਅਸੀਂ ਆਪਣੇ ਬੱਚੇ ਨੂੰ ਟੱਚ ਨਹੀਂ ਕਰ ਸਕਦੇ, ਬੱਚਿਆਂ ਨੂੰ ਵੀ ਸਕੂਲਾਂ 'ਚ ਦੱਸਿਆ ਜਾਂਦਾ ਵੀ ਆਹ ਨੰਬਰ ਨੇ ਜਿਹੜੇ ਅਗਰ ਤੁਹਾਡੇ ਤੋਂ ਕੋਈ ਪ੍ਰੋਬਲਮ ਆਉਂਦੀ ਹੈ, ਅਤੇ ਸ਼ੈਲੀ ਨੂੰ ਕਿਉਂ ਨਹੀਂ ਉਹ ਨੰਬਰ ਦਾ ਪਤਾ ਸੀਗਾ, ਉਹਨੂੰ ਸ਼ੈਲੀ ਨੂੰ ਕਿਉਂ ਜਾਣਾ ਪੈ ਗਿਆ ਥਾਣੇ 'ਚ, ਥਾਣੇ ਜਾਣ ਦੀ ਕੀ ਲੋੜ ਪੈ ਗਈ, ਉਹ ਤਾਂ ਨੰਬਰ ਡਾਇਲ ਕਰਕੇ ਵੀ ਪੁਲਿਸ ਨੂੰ ਘਰੇ ਬੁਲਾ ਸਕਦੀ ਸੀ, ਸਾਰਾ ਕੁਛ ਬੇਬੁਨਿਆਦ ਗੱਲਾਂ ਬਣਾਈਆਂ ਜਾ ਰਹੀਆਂ ਨੇ, ਐਸਾ ਕੁਛ ਨਹੀਂ ਹੈਗਾ ਇੱਥੇ। ਅਤੇ ਰਹੀ ਗੱਲ ਵਿੱਚ ਨਾਮ ਸਵਰਨ ਪ੍ਰੋਡਕਸ਼ਨ ਦਾ ਨਾਮ ਯੂਜ਼ ਕੀਤਾ, ਡੀ ਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਵਰਨ ਪ੍ਰੋਡਕਸ਼ਨ ਤਾਂ ਮੈਂ ਲਾਸਟ ਈਅਰ ਹੀ ਰਜਿਸਟਰ ਕਰਵਾਈ ਹੈ, ਉਹਦਾ ਕੋਈ ਨਾਮ ਨਹੀਂ ਸੀਗਾ ਉਹਦੇ ਨਾਲ ਸ਼ੈਲੀ ਨਾਲ, ਅਤੇ ਇਹ ਆਪਣੇ ਕ੍ਰੀਏਟ ਕੀਤਾ ਹੋਇਆ। ਅਤੇ ਬਾਕੀ ਰਹੀ ਗੱਲ ਇਹ ਵੀ ਕਿਉਂ ਹੋਇਆ, ਕਿਉਂਕਿ ਸ਼ੈਲੀ ਜੀ ਇੱਥੇ ਦੋ ਸਾਲ ਡੇਢ ਦੋ ਸਾਲ ਰਹੇ ਨੇ, ਅਤੇ ਉਹਨਾਂ ਦਾ ਖਰਚਾ ਸਾਰਾ ਦੋ ਸਾਲ ਤੋਂ ਅਸੀਂ ਚੱਕ ਰਹੇ ਸੀ, ਇੱਕ ਪੈਨੀ ਵੀ ਉਹਦੇ ਘਰੋਂ ਨਹੀਂ ਆਉਂਦੀ ਸੀ, ਉਹਦਾ ਰਹਿਣ ਦਾ ਖਾਣ ਦਾ ਏਅਰ ਟਿਕਟ ਤਿੰਨ ਵਾਰੀ ਇੰਡੀਆ ਟਰੈਵਲ ਕੀਤਾ, ਬ੍ਰਿਸਬੇਨ ਪਤਾ ਨਹੀਂ ਕਿੰਨੇ ਵਾਰੀ ਕੀਤਾ, ਮੈਲਬਨ ਗਏ ਹਾਂ ਜਾਂ ਹੋਰ ਕਿਤੇ ਵੀ, ਉਹਦੇ ਖਰਚੇ ਸੀ ਸਾਰੇ, ਅਸੀਂ ਆਪਣੀ ਜੇਬ 'ਚੋਂ, ਆਪਣਾ ਆਰਟ ਸੀ, ਆਪਣਾ ਆਰਟਿਸਟ ਸੀਗਾ, ਆਪਣਾ ਬੱਚਾ ਸੀ, ਉਹ ਸਮਝ ਕੇ ਉਹਦੇ 'ਤੇ ਸਾਰਾ ਇਨਵੈਸਟ ਕਰਦੇ ਰਹੇ, ਅਤੇ ਜੋ ਵੀ ਆਪਦੇ ਅਸੀਂ ਸਟਰਗਲ ਟਾਈਮ ਦੇ ਵਿੱਚ ਸੀ ਉਹਦੇ 'ਚੋਂ ਜੋ ਵੀ ਅਸੀਂ ਸੇਵ ਕਰਕੇ ਇਹਦੇ 'ਤੇ ਸਪੈਂਡ ਕਰਦੇ, ਰਾਤਾਂ ਜਾਗੀਆਂ ਸਾਰਾ ਕੁਛ ਸਟਰਗਲ ਟਾਈਮ ਦੇ ਵਿੱਚ ਇਹਦੇ 'ਤੇ ਲਗਾਇਆ, ਹੈ ਨਾ, ਅਤੇ ਜਦੋਂ ਚਾਰ ਲੋਕ ਜਾਣਨ ਲੱਗ ਗਏ ਅਤੇ ਇਹ ਇੰਡੀਆ ਚਲੀ ਗਈ, ਉਹ ਵੀ ਆ ਵੀ ਧੱਕੇ ਨਹੀਂ ਜਾਣਾ, ਇਹਨੇ ਸਮਝਿਆ ਵੀ ਮੈਂ ਜਾਣਾ ਬਈ ਵੀ ਮੇਰਾ ਉੱਥੇ ਕਿਸੇ ਕੁੜੀ ਦੀ ਮੈਰਿਜ ਆ ਗਈ, ਅਤੇ ਉੱਥੇ ਚਲੀ ਗਈ, ਅਤੇ ਉੱਥੇ ਇਹਨੂੰ ਲੈਟਰ ਮਿਲਿਆ ਐਮਬੈਸੀ ਦਾ, ਇਮੀਗ੍ਰੇਸ਼ਨ ਦਾ, ਅਤੇ ਵੀ ਤੂੰ ਆਸਟ੍ਰੇਲੀਆ 'ਚ ਵਾਪਸ ਨਹੀਂ ਜਾ ਸਕਦੀ ਕਿਉਂਕਿ ਤੇਰਾ ਵੀਜ਼ਾ ਕੈਂਸਲ ਹੋ ਗਿਆ, ਅਤੇ 3 ਸਾਲ ਲਈ ਤੂੰ ਆਸਟ੍ਰੇਲੀਆ ਲਈ ਅਪਲਾਈ ਵੀ ਨਹੀਂ ਕਰ ਸਕਦੀ ਕਿਉਂਕਿ ਤੂੰ ਉੱਥੇ ਦਾ ਜਿਹੜਾ ਲਾਅ ਬ੍ਰੀਚ ਕੀਤਾ, ਤੁਸੀਂ ਜਿਹੜੀ ਕਾਲਜ ਦੀ ਸਟੱਡੀ ਦੇ ਵਿੱਚ ਆਏ ਸੀ ਤੁਸੀਂ ਉਹਨੂੰ ਕੰਟੀਨਿਊ ਨਹੀਂ ਕੀਤਾ ਜਾਂ ਤੁਹਾਡੇ ਲੈਕਚਰ ਸ਼ੋਰਟ ਹੋਏ ਨੇ, ਉਹਦੇ ਅਕੋਰਡਿੰਗ ਉਹਨਾਂ ਨੇ ਇਹਨੂੰ ਰਿਫਿਊਜ਼ ਕੀਤਾ, ਇੱਕ ਕਿਸਮ ਦਾ ਡਿਪੋਰਟ ਕਰ ਦਿੱਤਾ ਗਿਆ ਜਿਹੜਾ ਕਿ ਕਿਸੇ ਨੂੰ ਕੁਛ ਨਹੀਂ ਪਤਾ, ਇਹ ਗੱਲਾਂ ਮਨਘੜਤ ਹੋਰ ਕੁਛ ਗੱਲਾਂ ਜਚਾਈਆਂ ਜਾ ਰਹੀਆਂ ਨੇ। ਅਤੇ ਫਿਰ ਇਹਨਾਂ ਦੇ ਮਨ 'ਚ ਇਹੀ ਆਇਆ ਵੀ ਹਾਂ ਸਵਰਨ ਹੋਰੀ ਉੱਥੇ ਨੇ, ਜੋ ਪੈਸਾ ਲੱਗ ਗਿਆ ਆਪਾਂ ਰੌਲਾ ਪਾ ਦਾਂਗੇ, ਅਤੇ ਵੀ ਐਂ ਕਰਕੇ ਆਹ ਸਟੋਰੀਆਂ ਬਣਾ ਲਾਂਗੇ। ਆਹ ਸ਼ੈਲੀ ਨੇ ਮੈਨੂੰ ਇੱਕ ਵਾਰੀ ਲਾਸਟ ਵਾਰੀ ਇਹ ਕਿਹਾ ਸੀ, ਕਹਿੰਦੀ ਵੀ ਬਾਈ ਮੈਂ ਕੁੜੀ ਹਾਂ, ਲੋਕ ਮੇਰੀ ਗੱਲ ਮੰਨਣਗੇ, ਮੈਂ ਕੁੜੀ ਹਾਂ, ਮੈਂ ਕੁਛ ਵੀ ਕਰ ਸਕਦੀ ਹਾਂ, ਪਰ ਮੈਨੂੰ ਇਹੀ ਕਹਿ ਸੀ ਪੁੱਤ ਸੱਚਾਈ ਵੱਡੀ ਚੀਜ਼ ਹੁੰਦੀ ਹੈ, ਮੁੰਡਾ ਕੁੜੀ ਕੋਈ ਇਹ ਮੈਟਰ ਨਹੀਂ ਕਰਦਾ ਹੈਗਾ, ਸੱਚਾਈ ਤਾਂ ਜਿਹੜੀ ਸੱਚਾਈ ਹੀ ਰਹੂਗੀ, ਉਹਦੇ 'ਤੇ ਪੈਸਾ ਲੱਗਿਆ ਲੱਗਿਆ ਹੈਗਾ, ਸਾਰੇ ਥਾਂ 'ਤੇ ਮੇਰੇ ਕੋਲ ਪ੍ਰੂਫ ਪਏ ਨੇ, ਗਾਣੇ ਕਿੰਨੇ ਬਣੇ ਪਏ ਨੇ ਉਹਦੇ, ਵੀਡੀਓ ਬਣੇ ਪਿਆ ਉਹਦਾ ਅਗਲੇ ਟਰੈਕ ਦਾ, ਅਤੇ ਇੱਕ ਆਲਰੇਡੀ ਟਰੈਕ ਰਿਲੀਜ਼ ਕਰ ਚੁੱਕੇ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।